ਵਿੱਚ ਹੀ ਪੰਜਾਬ ਵਿੱਚ ਹੋਏ ਹਾਈ ਅਲਰਟ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਕੇ ਰੱਖ ਦਿੱਤਾ ਹੈ। ਪੰਜਾਬ ਦੀ ਪਿਛਲੀ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਕਿਹਾ ਸੀ ਕਿ ਕਾਂਗਰਸ ਪ੍ਰਦੇਸ਼ ਵਿੱਚ ਅੱਤਵਾਦ ਨੂੰ ਵਧਾਉਣ ਦਾ ਕੰਮ ਕਰਦੀ ਹੈ, ਜਿਸ ਦੀ ਮਿਸਾਲ ਪੰਜਾਬ ਵਿੱਚ ਹੋਇਆ ਹਾਈ ਅਲਰਟ ਹੈ, ਜਿਸ ਦੇ ਲਈ ਸੱਤਾਧਾਰੀ ਪਾਰਟੀ ਨੂੰ ਜ਼ਿੰਮੇਵਾਰ ਦੱਸਿਆ। ਪਾਰਟੀ ਜਿਹੜੀ ਆ ਉਹ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਗੱਲ ਕਹਿ ਰਹੀ ਆ ਕਿ ਪੰਜਾਬ ਸਰਕਾਰ ਜਿਹੜੀ ਆ ਇਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰ ਰਹੀ ਆ, ਇਹ ਆਪ ਉਹਨਾਂ ਜਿਹੜੀਆਂ ਆ ਤਾਕਤਾਂ ਨੂੰ ਸ਼ਹਿ ਦੇ ਰਹੀ ਆ ਜਿਹੜੀਆਂ ਤਾਕਤਾਂ ਨੇ ਅੱਗੇ ਪੰਜਾਬ ਦਾ ਨੁਕਸਾਨ ਕੀਤਾ। ਔਰ ਜਿਹਦਾ ਰਿਜ਼ਲਟ ਹੁਣ ਸਾਹਮਣੇ ਆ ਕਿ ਅੱਜ ਜਿਹੜੀ ਆ ਪਿਛਲੇ 24 ਘੰਟੇ ਤੋਂ ਜਿਹੜੀ ਪਠਾਨਕੋਟ 'ਤੇ ਗੱਡੀ ਖੋਹੀ ਹੈ ਚਾਰ ਬੰਦਿਆਂ ਨੇ ਇਨੋਵਾ ਗੱਡੀ, ਉਦੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਪੂਰੀ ਰਿਪੋਰਟ ਮਿਲੀ ਆ ਕਿ 7 ਆਤੰਕਵਾਦੀ ਜਿਹੜੇ ਆ ਉਹ ਲੁਕੇ ਹੋ ਸਕਦੇ ਆ, ਔਰ ਉਹਨਾਂ ਦਾ ਰੂਟ ਵੀ ਜਿਹੜਾ ਆ ਉਹ ਚੰਡੀਗੜ੍ਹ ਰੋਡ ਜਿਹੜਾ ਦੱਸਿਆ ਗਿਆ। ਸੋ ਮੈਂ ਸਮਝਦਾ ਕਿ ਸਰਕਾਰ ਹਾਲੇ ਵੀ ਇਸ ਗੱਲ ਦੇ ਲਈ ਸਚੇਤ ਨਹੀਂ ਹੈਗੀ, ਹਾਲੇ ਵੀ ਕੋਈ ਵੱਡੀ ਵਾਰਦਾਤ ਨੂੰ ਜਿਹੜਾ ਆ ਉਹ ਪਤਾ ਨਹੀਂ ਡੀਕ ਕਰ ਰਹੇ ਆ। ਅਸੀਂ ਬਕਾਇਦਾ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਚਿੰਤਤ ਹਾਂ, ਸਾਡੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਵਾਰ ਵਾਰ ਗੱਲ ਆਖੀ ਆ ਕਿ ਜਿਹਨਾਂ ਲੋਕਾਂ ਦੀ ਨੂੰ ਸਰਕਾਰ ਸ਼ਹਿ ਦੇ ਰਹੀ ਆ ਇਹ ਮੁੜ ਕੇ ਪੰਜਾਬ ਦਾ ਦੇਸ਼ ਦਾ ਜਿਹੜਾ ਮਾਹੌਲ ਖਰਾਬ ਹੋ ਸਕਦਾ। ਔਰ ਕੁਛ ਦਿਨ ਪਹਿਲਾਂ DGP ਆਪਣੇ ਆਰਮੀ ਦੇ ਜਦੋਂ ਮੁਖੀ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਕੋਈ ਗੱਲ ਇੱਦਾਂ ਲਾਦ ਹੋ ਸਕਦੇ ਆ ਤਾਂ ਸਾਰੇ ਬੰਦਿਆਂ ਨੇ ਉਹਦੇ 'ਤੇ ਕੈਂਤੂ ਪ੍ਰੰਤੂ ਕੀਤੀ ਸੀ। ਪਰ ਅੱਜ ਗੱਲ ਜਿਹੜੀ ਆ ਜਦ ਅੱਜ ਦੀ ਗੱਲ 'ਚ ਅਸੀਂ ਕਰ ਰਹੇ ਹਾਂ ਗੱਲ, ਇਹਦਾ ਮਤਲਬ ਇਹ ਹੈ ਕਿ ਉਹਨੂੰ ਇੱਦਾਂ ਦੀ ਗੱਲਾਂ ਦੀ ਕੋਈ ਨਾ ਕੋਈ ਸ਼ੰਕਾ ਸੀ ਜਿਹੜੀ ਅੱਜ ਬਿਲਕੁਲ ਸਾਹਮਣੇ ਆ ਗਈ ਆ। ਸੋ ਪੰਜਾਬ ਦੀ ਪੁਲਿਸ ਨੂੰ ਬਿਲਕੁਲ ਜਿਹੜੀ ਆ ਇਹ ਚੌਥੀ ਦਰੁਖਤੀ ਵਰਤਣੀ ਚਾਹੀਦੀ ਆ। ਤੁਸੀਂ ਦੇਖੋ ਕੱਲ੍ਹ ਨਾਭਾ ਦੇ ਵਿੱਚ ਬੈਂਕ ਡਕੈਤੀ ਹੋਈ, ਉੱਥੇ SSP ਪਟਿਆਲਾ ਕੁਦਰਤੀ ਦੇ ਸਮਾਗਮ ਦੇ ਲਾਗੇ ਸੀ ਔਰ 2 ਘੰਟਿਆਂ ਦੇ ਵਿੱਚ ਉਹ ਬੰਦੇ ਫੜੇ ਗਏ। ਜੇ ਬਾਕੀ ਥਾਂ 'ਤੇ ਵੀ ਪੁਲਿਸ ਇਸ ਤਰੀਕੇ ਦੇ ਨਾਲ ਪੂਰੀ ਆਪਣੀ ਰੱਖੇ ਮੁਸਤੈਦੀ ਦੇ ਕੰਮ ਕਰੇ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਕਿ ਜਿਹੜੇ ਮਾੜੇ ਅੰਸਰ ਉਹਨਾਂ 'ਤੇ ਕਾਬੂ ਪਾਇਆ ਜਾ ਸਕਦਾ। ਪਰ ਪੁਲਿਸ ਜਿਹੜੀ ਆ ਉਹ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਢਿੱਲ ਮਾਰ ਦਾ ਸ਼ਿਕਾਰ ਆ, ਸਰਕਾਰ ਜਾਂ ਮੈਂ ਸਮਝਦਾ ਕਿ ਸਿਆਸੀ ਦਬਾਅ ਦੇ ਥੱਲੇ ਆ ਕੇ ਉਹਨਾਂ ਕੰਮਾਂ ਵਿੱਚ ਲੱਗੇ ਹੋਈ ਆ। ਜਿਹੜੇ ਅਸਲ ਕੰਮ ਆ ਦੋਸ਼ੀਆਂ ਨੂੰ ਫੜਨਾ, ਹੋਰ ਲਾਣ ਨੂੰ ਰੱਖਣਾ, ਉਹ ਤੋਂ ਜਿਹੜੀ ਪੁਲਿਸ ਜਿਹੜੀ ਆ ਉਹ ਹਾਲੇ ਜਿਹੜੀ ਆ ਬਹੁਤ ਪਿੱਛੇ ਆ।